press the bell icon on the YouTube app and never miss another update. ਚਾਚੇ ਨੂੰ ਫੋਨ ਨਾ ਲਾ ਲਈਏ, ਬਹੁਤ ਦਿਨ ਹੋ ਗਏ ਆਏ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਚਾਚਾ, ਤੁਹਾਡਾ ਸਤਿਕਾਰਯੋਗ ਸ਼੍ਰੀ ਬੋਲਦਾ ਭੋਲਾ। ਉਹ ਕੰਜਰ ਦਾ, ਤੂੰ ਸਤਿਕਾਰਯੋਗ ਕਦੋਂ ਤੋਂ ਹੋ ਗਿਆ ਓਏ? ਉਹ ਚਾਚਾ ਜੋ ਸੌਰੀ ਹੁੰਦਾ ਤੈਨੂੰ ਪਤਾ ਤਾਂ ਹੈਗਾ, ਸਤਿਕਾਰਯੋਗ ਹੀ ਹੁੰਦੇ ਆ ਉੱਥੇ ਤਾਂ ਅਸੀਂ ਫਿਰ। ਅਤੇ ਹੁਣ ਤੂੰ ਆਉਣਾ ਆਉਣਾ ਕਦੋਂ ਆਏਗਾ ਫਿਰ? ਉਹ ਚਾਚਾ ਟੋਕ ਟੂਕੜਿਆ ਡਾਟਾ ਕਹਿੰਦੇ ਪਤਾ ਨਹੀਂ ਕੀ ਹੁੰਦਾ ਯਾਰ ਇਹਨਾਂ ਸਰਕਾਰ ਨੇ। ਹੋਰ ਮੀਂਹ ਕਿਵੇਂ ਆਪਣੇ? ਉਹ ਮੀਂਹ ਤਾਂ ਬਾਲਾ ਪੈ ਗਿਆ, ਪਾਣੀ ਬਾਲਾ ਖੜ ਗਿਆ। ਅੱਛਾ ਤੂੰ ਕੀ ਕਰੀ ਜਾਂਦਾ ਹੁਣ? ਮੈਂ ਕੱਖ ਵੱਢਣ ਆਇਆ ਸੀਗਾ, ਹੁਣ ਇੱਥੇ ਪਾਣੀ ਬਾਲਾ ਖੜਾ, ਮੈਂ ਕਿਵੇਂ ਕਰਾਂ ਫਿਰ ਹੁਣ? ਉਹ ਚਾਚਾ ਫਿਰ ਤੂੰ ਐਂ ਕਰ, ਅੱਛਾ ਟਿੱਬੇ ਤੇ ਚਲੀ ਬੀਜੀ ਹੋਏ ਇਹਨੂੰ ਵੱਧ ਲਾ ਤੂੰ। ਤੇ ਫਿਰ ਹੁਣ ਮੈਂ ਬਾਜਰਾ ਨਾ ਵੱਢਾਂ? ਇਹ ਰਹਿਣ ਦੇ ਦੋ, ਟਿੱਬੇ ਤੇ ਸੁੱਕਾ ਹੋਊਗਾ, ਟਿੱਬਾ ਤਾਂ ਪਾਣੀ ਪੂਣੀ ਪੀ ਜਾਂਦਾ ਫਿਰ। ਚਲ ਉਹ ਤਾਂ ਠੀਕ ਹੈ, ਫਿਰ ਤੂੰ ਹੁਣ ਤੂੰ ਐਂ ਦੱਸ, ਮੈਨੂੰ ਕੰਮ ਨੂੰ ਔਖਾ ਹੋ ਜਾਊਗਾ? ਮੈਨੂੰ ਕੁਝ ਨਹੀਂ ਆਉਂਦਾ ਹੈਗਾ, ਤੂੰ ਹੀ ਕਰਨਾ ਕੰਮ, ਫਿਰ ਕਦੋਂ ਆਏਗਾ? ਉਹ ਕੋਈ ਨਾ ਚਾਚਾ, ਮੈਂ ਤੈਨੂੰ ਔਖਾ ਨਹੀਂ ਹੋਣ ਦਿੰਦਾ, ਦੱਸ ਦੇ ਕਿਉਂ ਸਾਰਾ ਕੰਮ ਤੈਨੂੰ ਫੋਨ ਤੇ ਵੱਧਾ ਫੋਨ ਲੈ ਲਿਆ ਹੁਣ ਮੈਂ। ਚਲ ਠੀਕ ਹੈ ਫਿਰ, ਸਾਰਾ ਕੁਝ ਦੱਸ ਦਿਆ ਕਰੀ ਮੈਨੂੰ, ਠੀਕ ਹੈ? ਕੋਈ ਨਾ ਮੈਨੂੰ ਫੋਨ ਲਾ ਲਾ ਕਲੀ ਫਿਰ ਤੂੰ। ਕੋਈ ਨਾ ਚੰਗਾ ਚਾਚਾ। ਉਹ ਹਜੇ ਆਹ ਪੰਗਾ ਵੀ ਕਰਨਾ, ਪੁੱਛਾਂ ਕਿਵੇਂ ਕਰਨਾ। ਹੈਲੋ, ਓਏ ਆਹ ਤਾਂ ਦੱਸ ਦੇ ਮੈਨੂੰ, ਪਸ਼ੂਆਂ ਨੂੰ ਕਿਵੇਂ ਪਾਉਣੇ ਆ ਕੱਖ? ਉਹ 2.5 ਤਾਂ ਹੈਗੀਆਂ ਨੇ, ਇਹ ਵੀ ਦੱਸ ਪਾਉਣੇ ਕਿਵੇਂ ਨੇ? ਦੋਨਾਂ ਨੂੰ ਇੱਕ ਇੱਕ ਪਾ ਦਾਂ? ਠੀਕ ਹੈ, ਹੋਰ ਕੁਛ ਤਾਂ ਨਹੀਂ ਪਾਉਣਾ ਹੈਗਾ ਇਹਨਾਂ ਨੂੰ? ਠੀਕ ਹੈ, ਓਕੇ। ਹੋਰ ਖੇਤ ਦਾ ਕਿਵੇਂ? ਕੱਲੇ ਹੀ ਫਿਰਦਾ ਹੁਣਾ, ਸੀਰੀ ਸੂਰੀ ਕਿੱਥੇ ਤੁਹਾਡਾ? ਉਹ ਕਾਹਨੂੰ ਪੰਗਾ ਕਰ ਲਿਆ ਮੈਂ ਉਹਨੂੰ ਉੱਥੇ ਸੌਰੀ ਭੇਜ ਕੇ, ਅਤੇ ਫੋਨ ਕੀਤਾ ਗਾ, ਹੁਣ ਫਿਰ ਲੋਕਡਾਊਨ ਲੱਗ ਗਿਆ, ਹੁਣ ਕਹਿੰਦਾ ਆ ਨਹੀਂ ਸਕਦਾ। ਫਿਰ ਬੁਲਾ ਉਹਨੂੰ ਜਦੋਂ ਪੈਸੇ ਦੇਣੇ ਆ ਯਾਰ। ਫੋਨ ਕੀਤਾ ਸੀਗਾ, ਫਿਰ ਲੋਕਡਾਊਨ ਕਰਕੇ ਆ ਹੀ ਨਹੀਂ ਸਕਦਾ ਹੈਗਾ ਹੁਣ, ਅਤੇ ਕੰਮ ਦਾ ਔਖਾ ਹੋ ਰਿਹਾ। ਮੈਨੂੰ ਕਹਿੰਦਾ ਮੈਂ ਫੋਨ ਕਰਕੇ ਤੈਨੂੰ ਸਾਰਾ ਕੰਮ ਦੱਸ ਦਿਆ ਕਰੂੰਗਾ। ਕਾਹਨੂੰ ਐਂ ਕਰਦੇ, ਪਹਿਲਾਂ ਪੈਸੇ ਲੈ ਲੈਂਦੇ ਆ ਇਹ। ਉਹ ਚੱਲ ਪੈਸਾ ਤਾਂ ਆਪਾਂ ਹਿਸਾਬ ਕਿਤਾਬ ਮਹੀਨੇ ਦੀ ਮਹੀਨੇ ਕਰਦੇ ਹੁੰਦੇ ਹੈਗੇ, ਉਹ ਕਰ ਲਾਂਗੇ ਜਦੋਂ ਆਏ। ਅਤੇ ਆ ਜਵਾਕ ਜਿਹਾ ਸਕੂਲ 'ਚ ਕੱਲ੍ਹ ਜਾਂਦਾ ਨਹੀਂ? ਨਾ ਫੀਸਾਂ ਜੀਆਂ ਭਰਾ ਲਈਆਂ, ਅਤੇ ਹੁਣ ਔਨਲਾਈਨ ਪੜ੍ਹਾਈ ਜਾਂਦੇ ਨੇ, ਇਹਨਾਂ ਨੂੰ ਪੜ੍ਹਦੇ ਪੁੜਦੇ ਕਿਹੜਾ ਨੇ, ਐਂ ਤੁਰੇ ਫਿਰਦੇ ਰਹਿੰਦੇ ਨੇ ਇੱਥੇ ਇਹ। ਚਾਚੇ ਆ ਗਿਆ ਮੈਂ। ਸਤਿ ਸ਼੍ਰੀ ਅਕਾਲ ਚਾਚਾ। ਉਹ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਆ ਗਈ ਤੈਨੂੰ ਸਾਡੀ ਯਾਦ ਹੁਣ? ਹਾਂ ਚਾਚਾ, ਆ ਹੀ ਗਿਆ। ਅਤੇ ਇੰਨਾ ਦਿਨ ਲਾਇਆ ਆ? ਉਹ ਚਾਚਾ ਮੋਹ ਹੀ ਬੋਲਾ ਕਾਜਿਆ ਮੇਰਾ ਤਾਂ ਯਾਰ ਉਹ। ਅੱਛਾ, ਉਹ ਤਾਂ ਪਾਣੀ ਛਿੜਕੇ ਮੈਂ ਚੜ੍ਹਦਾ ਕਰਨ ਕੋਠੇ ਤੇ ਮੇਰਾ। ਅੱਛਾ, ਮੈਂ ਤਾਂ ਨਜ਼ਾਰਾ ਤਾਂ ਸੀ ਉੱਥੇ। ਕੰਮ ਦਾ ਬਹੁਤ ਔਖਾ ਸੀਗਾ ਇੱਥੇ ਆਉਣਾ ਆਪਾਂ ਨੂੰ। ਉਹ ਕੰਮ ਤਾਂ ਯਾਰ ਉਹਦੇ ਔਖਾ ਲੱਗੂ ਮੈਨੂੰ ਅੱਜ ਤਾਂ ਯਾਰ। ਤੇ ਆਹ ਡੋਲੂ ਕਿਉਂ ਚੱਕੀ ਫਿਰਦਾ ਗਾ? ਉਹ ਤੇਰੀ ਲੱਸੀ ਦੀ ਬਾਹਲੀ ਜ਼ਿਆਦਾ ਆਈ, ਮੈਂ ਡੋਲੂ ਭਰਦੇ ਹੁਣ ਲੱਸੀ ਲੈ ਕੇ। ਚੱਲ ਲੱਸੀ ਦਾ ਤਾਂ ਇਹਨੂੰ ਦਵਾ ਦਿੰਦੇ, ਲੈ ਕੇ ਦਿਓ ਲੱਸੀ ਨੂੰ। ਆ ਤਾਂ ਗਿਆ ਹੁਣ ਕੰਮ ਤੇ ਲੱਗ, ਬਹੁਤ ਔਖਾ ਹੋ ਰਿਹਾ ਸੀ ਕੰਮ ਦਾ। ਉਹ ਚਾਚਾ ਕੰਮ ਤਾਂ ਕਰ ਦਿੰਦਾ ਯਾਰ, ਅੱਗੇ ਕਿਹੜਾ ਕਰਦਾ ਨਹੀਂ ਸੀ ਮੈਂ। ਅੱਛਾ, ਇੱਕ ਗੱਲ ਜੀ ਕਰਨੀ ਆ ਤੇਰੇ ਨਾਲ ਯਾਰ, ਮੈਂ ਕਰ ਲਾ ਆਪਣਾ ਹਿਸਾਬ ਕਿਤਾਬ ਜਿਹਾ ਕਰ ਦਿੰਦਾ ਡੇਢ ਕੁ ਮਹੀਨੇ ਦਾ ਯਾਰ। ਕਿਉਂ ਹਿਸਾਬ ਕਿਤਾਬ ਕਾਹਦਾ ਤੈਨੂੰ? ਡੇਢ ਮਹੀਨਾ ਤੂੰ ਆਇਆ ਨਹੀਂ ਹੈਗਾ। ਉਹ ਚਾਚਾ ਖਰਚ ਹੀ ਬਾਹਲਾ ਹੋ ਗਿਆ ਯਾਰ ਮੇਰਾ ਤਾਂ ਉੱਥੇ ਤਾਂ। ਕਿਉਂ ਖਰਚ ਕਾਹਦਾ ਹੋ ਗਿਆ ਤੈਨੂੰ ਉੱਥੇ? ਇੱਕ ਤਾਂ ਯਾਰ ਚਾਚਾ ਨਜ਼ਾਰੇ ਸੀ ਮੈਨੂੰ ਉੱਥੇ ਯਾਰ। ਅੱਛਾ, ਖਰਚਾ ਉਹ ਛਾਲੀਆਂ ਤਾਂ ਲੁੱਟ ਕੇ ਖਾ ਗਈਆਂ ਉੱਥੇ ਮੈਨੂੰ। ਦੇਖ ਆਪਣੀ ਇਹ ਕੋਈ ਗੱਲ ਨਹੀਂ ਹੋਈ ਸੀਗੀ, ਆਪਣੀ ਗੱਲ ਹੋਈ ਸੀ ਮਹੀਨੇ ਦੀ ਮਹੀਨੇ, ਅਤੇ ਉੱਤੋਂ ਤੂੰ ਡੇਢ ਮਹੀਨਾ ਆਇਆ ਨਹੀਂ ਹੈਗਾ, ਠੀਕ ਹੈ ਨਾ? ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਹੁਣ ਚਾਚਾ ਦੱਸ ਪਹਿਲਾਂ ਮੈਨੂੰ ਯਾਰ, ਤੂੰ ਇਹ ਸਕੂਲ ਜਾਂਦਾ ਹੁੰਦਾ? ਹੁਣ ਤਾਂ ਲੋਕਡਾਊਨ ਹੈ, ਹੁਣ ਕਿਵੇਂ ਸਕੂਲ ਲੱਗਣਗੇ ਫਿਰ? ਫੀਸ ਭਰਤੀ ਤਾਂ? ਫੀਸ ਤਾਂ ਭਰੀ ਹੈ, ਇਹਦੀਆਂ ਤਾਂ ਆਨਲਾਈਨ ਕਲਾਸਾਂ ਲੱਗਦੀਆਂ ਨੇ। ਫਿਰ ਮੈਂ ਵੀ ਚਾਚੇ ਦਾ ਆਨਲਾਈਨ ਕੰਮ ਕਰਾਉਂਦਾ ਹੁੰਦਾ ਸੀ। ਵੈਸੇ ਇਹ ਗੱਲ ਤਾਂ ਤੇਰੀ ਸਹੀ ਹੈਗੀ, ਹੁਣ ਫਿਰ ਕੋਈ ਹੱਲ ਹੀ ਇਹ ਨਹੀਂ ਗਾ, ਲੋਕਡਾਊਨ ਕਰਕੇ ਬੈਂਕਾਂ ਤਾਂ ਸਾਰੀਆਂ ਬੰਦ ਪਈਆਂ ਨੇ। ਹੱਲ ਕੌਣ ਚਾਚਾ? ਸਾਰੇ ਹੱਲ ਹੈ, ਵੱਡਾ ਫੋਨ ਆ ਮੇਰੇ ਕੋਲੇ, ਪੇਟੀਐਮ ਚੱਲਦਾ, ਗੂਗਲ ਪੇ ਚੱਲਦਾ। ਉਹ ਚੱਲ ਕੋਈ ਨਾ ਕੋਈ ਨਾ, ਤੂੰ ਫੋਨ ਕੋਲੇ ਰੱਖ, ਅਤੇ ਕੋਈ ਨਾ ਆਪਾਂ ਕੋਈ ਹੱਲ ਕਰ ਦੇਵਾਂਗੇ, ਤੂੰ ਕਿਹੜਾ ਕੰਮ ਸਾਂਭ। ਪੱਠੇ ਤਾਂ ਭਾਲ ਲੈਣਾ, ਕੋਈ ਨਾ ਮੈਂ ਹੋਰ ਕੰਮ ਕਰ ਲੈਣਾ ਚੱਕ। ਹਾਂ ਹਾਂ, ਕੋਈ ਨਾ ਕਰ ਦੇ। ਮਾਝਾ ਜਿਹਾ ਲੱਛੀ ਬਾਹਲੇ ਕਰਤੀ, ਕਮਾਲ ਕਰਤੀ।
ਆਨਲਾਈਨ ਸੀਰੀ ਵਾਲਾ ਕੰਮ ਚੱਲ ਪਿਆ ਨਾ ਬੋਲਾ ਵਧੀਆ ਮੈਂ ਤਾਂ ਲਿਆ ਡੇਢ ਮਹੀਨੇ ਸੋਰੀ ਨਜ਼ਾਰੇ ਨੇੜੇ ਜੱਟ ਤੋਂ ਪੈਸੇ ਲੈ ਤੇ ਡੇਢ ਮਹੀਨੇ ਦੇ ਜੱਟਾਂ ਤੋਂ ਟੋਕਾ ਆਨਲਾਈਨ ਹੀ ਕਰਾਇਆ ਕਰਾਂ ਫਿਰ ਤਾਂ ਮੈਂ ਨਜ਼ਾਰਾ ਤਾਂ ਹੋਵੇ ਕੰਮ ਮੇਰਾ ਤਾਂ।